ਡੀਸੀ ਦਫ਼ਤਰ ਦੇ ਵਿੱਚ ਹੋਈ ਆ, ਤਸਵੀਰਾਂ ਦੇਖ ਲਓ ਤੁਸੀਂ ਡੀਸੀ ਦਫ਼ਤਰ ਦੀਆਂ। ਪੰਜ ਕਰਾ ਡੀਸੀ ਦਫ਼ਤਰ ਦੀਆਂ, ਡੀਸੀ ਦਫ਼ਤਰ ਦੀਆਂ ਤਸਵੀਰਾਂ ਦੇਖ ਰਹੇ ਹੋ ਗੁਰਦਾਸਪੁਰ ਦੀਆਂ। ਜਿਹੜਾ ਪਰਚਾ ਦੇਣਾ ਦੇ ਬੈਠੇ, ਇਹ ਕੋਈ ਤਰੀਕਾ ਮੈਨੂੰ ਦੱਸੋ, ਇਹ ਕੋਈ ਤਰੀਕਾ ਮਾਮਾ ਲੱਗਦਾ ਬਾਹਰ ਭੇਜਣ ਦਾ। ਮਾਰਦੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ, ਇੱਕ ਨੰਬਰ ਦਾ ਕਰਪਟ ਆ ਸਾਡਾ, ਸਾਲ ਇੱਕ ਰਹਿ ਗਿਆ, ਕਿਹੜਾ ਬੰਬ ਚੱਲ ਜਾਣਾ ਸਾਡੇ ਤੇ। ਇੱਥੋਂ ਡੀਟੀ ਡੀਟੀਓ ਰਹਿ ਗਈ, ਜਾਨੂੰ ਪਤਾ ਤੁਹਾਨੂੰ ਸ਼ਰੇਆਮ ਹੀ ਕਹਿ ਦੋ ਕਿ ਅਸੀਂ ਜੀ ਧੱਕਾ ਕਰਨਾ, ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ, ਤੁਸੀਂ ਜੋ ਕੁਝ ਕਰਨਾ ਕਰੋ, ਅਸੀਂ ਤੇ ਸਾਡੇ ਕੋਲ ਜੋ ਤੱਕ। ਬਾਜਵਾ ਸਾਹਿਬ ਛੱਡੋ ਇਹਨਾਂ ਗੱਲਾਂ ਨੂੰ, ਕਲਸ਼ਨ ਬਾਹਰ ਕੱਢ ਕੇ ਦੱਸੀ ਡੀਸੀ ਦਫ਼ਤਰ ਦੇ ਵਿੱਚ ਹੋਈ ਆ, ਤਸਵੀਰਾਂ ਦੇਖ ਲਓ ਤੁਸੀਂ ਡੀਸੀ ਦਫ਼ਤਰ ਦੀਆਂ। ਪੰਜ ਕਰਾ ਡੀਸੀ ਦਫ਼ਤਰ ਦੀਆਂ, ਡੀਸੀ ਦਫ਼ਤਰ ਦੀਆਂ ਤਸਵੀਰਾਂ ਦੇਖ ਰਹੇ ਹੋ ਗੁਰਦਾਸਪੁਰ ਦੀਆਂ। ਮੈਨੂੰ ਡੀਸੀ ਨੂੰ ਕਹੋ ਕਿ ਇਹਦੀਆਂ ਜੇ ਲੱਤਾਂ 'ਚ ਜਾਣ ਅੱਗੇ ਨੂੰ ਕਹੋ ਕਿ ਤੁਹਾਨੂੰ ਕੱਢ ਕੇ ਬਾਹਰ ਦੱਸ, ਸਾਡੇ ਮਾਰਦੇ ਦਾ ਪੁੱਤ ਬਣਾ ਦਾ ਕੱਢਦੇ ਉਹਨੂੰ ਬਾਹਰ, ਇਹ ਸਾਡਾ ਦਫ਼ਤਰ, ਇਹਦੇ ਪਿਓ ਦਾ ਦਫ਼ਤਰ ਨਹੀਂ ਡੀਸੀ ਦਾ, ਪਬਲਿਕ ਦਾ ਦਫ਼ਤਰ, ਵੀ ਪਬਲਿਕ ਦੇ ਨੁਮਾਇੰਦੇ ਆ, ਇਹਨੂੰ ਕਹਿ ਕੱਢ ਕੇ ਦੱਸੇ, ਜਿਹੜਾ ਪਰਚਾ ਦੇਣਾ ਦੇ ਬੈਠੇ, ਇਹ ਕੋਈ ਤਰੀਕਾ ਮੈਨੂੰ ਦੱਸੋ, ਇਹ ਕੋਈ ਤਰੀਕਾ ਮਾਮਾ ਲੱਗਦਾ ਬਾਹਰ ਭੇਜਣ ਦਾ। ਮਾਰਦੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ, ਇੱਕ ਨੰਬਰ ਦਾ ਕਰਪਟ ਆ ਸਾਡਾ, ਸਾਲ ਇੱਕ ਰਹਿ ਗਿਆ, ਕਿਹੜਾ ਬੰਬ ਚੱਲ ਜਾਣਾ ਸਾਡੇ ਤੇ। ਇੱਥੋਂ ਡੀਟੀ ਡੀਟੀਓ ਰਹਿ ਗਈ, ਜਾਨੂੰ ਪਤਾ ਤੁਹਾਨੂੰ ਸ਼ਰੇਆਮ ਹੀ ਕਹਿ ਦੋ ਕਿ ਅਸੀਂ ਜੀ ਧੱਕਾ ਕਰਨਾ, ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ, ਤੁਸੀਂ ਜੋ ਕੁਝ ਕਰਨਾ ਕਰੋ, ਅਸੀਂ ਡੀਸੀ ਦਫ਼ਤਰ ਦੇ ਵਿੱਚ ਹੋਈ ਆ, ਤਸਵੀਰਾਂ ਦੇਖ ਲਓ ਤੁਸੀਂ ਡੀਸੀ ਦਫ਼ਤਰ ਦੀਆਂ। ਪੰਜ ਕਰਾ ਡੀਸੀ ਦਫ਼ਤਰ ਦੀਆਂ, ਡੀਸੀ ਦਫ਼ਤਰ ਦੀਆਂ ਤਸਵੀਰਾਂ ਦੇਖ ਰਹੇ ਹੋ ਗੁਰਦਾਸਪੁਰ ਦੀਆਂ। ਮੈਨੂੰ ਡੀਸੀ ਨੂੰ ਕਹੋ ਕਿ ਇਹਦੀਆਂ ਜੇ ਲੱਤਾਂ 'ਚ ਜਾਣ ਅੱਗੇ ਨੂੰ ਕਹੋ ਕਿ ਤੁਹਾਨੂੰ ਕੱਢ ਕੇ ਬਾਹਰ ਦੱਸ, ਸਾਡੇ ਮਾਰਦੇ ਦਾ ਪੁੱਤ ਬਣਾ ਦਾ ਕੱਢਦੇ ਉਹਨੂੰ ਬਾਹਰ, ਇਹ ਸਾਡਾ ਦਫ਼ਤਰ, ਇਹਦੇ ਪਿਓ ਦਾ ਦਫ਼ਤਰ ਨਹੀਂ ਡੀਸੀ ਦਾ, ਪਬਲਿਕ ਦਾ ਦਫ਼ਤਰ, ਵੀ ਪਬਲਿਕ ਦੇ ਨੁਮਾਇੰਦੇ ਆ, ਇਹਨੂੰ ਕਹਿ ਕੱਢ ਕੇ ਦੱਸੇ, ਜਿਹੜਾ ਪਰਚਾ ਦੇਣਾ ਦੇ ਬੈਠੇ, ਇਹ ਕੋਈ ਤਰੀਕਾ ਮੈਨੂੰ ਦੱਸੋ, ਇਹ ਕੋਈ ਤਰੀਕਾ ਬਾਹਰ ਮਾਮਾ ਲੱਗਦਾ ਬਾਹਰ ਭੇਜਣ ਦਾ। ਮਾਰਦੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ, ਇੱਕ ਨੰਬਰ ਦਾ ਕਰਪਟ ਆ ਸਾਡਾ, ਸਾਲ ਇੱਕ ਰਹਿ ਗਿਆ, ਕਿਹੜਾ ਬੰਬ ਚੱਲ ਜਾਣਾ ਸਾਡੇ ਤੇ। ਇੱਥੋਂ ਡੀਟੀ ਡੀਟੀਓ ਰਹਿ ਗਈ, ਜਾਨੂੰ ਪਤਾ ਤੁਹਾਨੂੰ ਸ਼ਰੇਆਮ ਹੀ ਕਹਿ ਦੋ ਕਿ ਅਸੀਂ ਜੀ ਧੱਕਾ ਕਰਨਾ, ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ, ਤੁਸੀਂ ਜੋ ਕੁਝ ਕਰਨਾ ਕਰੋ, ਅਸੀਂ ਬਾਜਵਾ ਸਾਹਿਬ ਛੱਡੋ ਇਹਨਾਂ ਗੱਲਾਂ ਨੂੰ, ਕਲਸ਼ਨ ਬਾਹਰ ਕੱਢ ਕੇ ਦੱਸੀ ਕਦੋਂ ਨੂੰ ਬਾਹਰ ਕਰਕੇ।